ਗਰੁੱਪ ਚ ਪਾਉਣੇ ਆ। ਓਏ ਆ ਜਾਓ ਬਾਈ ਗਰਾਊਂਡ ਚ, ਦੋ ਜਣੇ ਖੜੇ ਇੱਥੇ ਤਾਂ ਯਾਰ, ਪਹੁੰਚ ਜਾ ਕਰੋ ਟਾਈਮ ਤੇ ਬਾਈ ਯਾਰ। ਰਵਿੰਦਰ ਆਇਆ ਹੈ ਨਹੀਂ ਕੋਈ ਯਾਰ, ਆਪਾਂ ਦੋਨੇ ਰਹਿ ਗਏ। ਕਿਵੇਂ ਲੱਖੇ, ਕੀ ਹਾਲ ਆ ਬਾਈ? ਗਰੁੱਪ ਚ ਪਾ ਕੇ ਹਣਾ ਰਕਾ ਉਡਾਂਗੇ ਯਾਰ, ਨਾ ਤਾਂ ਕੋਈ ਫੋਨ ਚੱਕਦਾਗਾ। ਤੇ ਉਹ ਖੁੰਡੀ ਕੀ ਕਹਿੰਦਾ? ਉਹ ਤਾਂ ਯਾਰ ਫੁੰਡੀ ਦਾ ਵਿਚਾਰਾ ਯਾਰ, ਉਹਦਾ ਤਾਂ ਡਾਵਾਂ ਡੋਲਾ ਕੰਮ ਯਾਰ। ਉਹ ਯਾਰ ਬਾਈ ਉਹਨੂੰ ਆਪਾਂ ਉਹਦੀ ਪਤਾ ਕੀ ਆ, ਉਹਦੀ ਗੇਮ ਵਧੀਆ ਆਪਾਂ ਨੂੰ ਪਤਾ ਹਨਾ, ਗੇਮ ਪੂਰੀ ਵਧਗਾ, ਮਿਹਨਤ ਬਹੁਤ ਕਰਦਾ ਵਿਚਾਰਾ, ਪਰ ਵੀ ਉਹਦੇ ਘਰ ਦੀ ਮਜਬੂਰੀ ਨੇ ਨਾਪਣਾ ਪੈਂਦਾ ਯਾਰ। ਰਵਿੰਦਰ ਰਲ ਮਿਲ ਕੇ ਨਾ ਉਹਦਾ ਵਿਚਾਰੇ ਦਾ ਉਹ ਦੇ ਗਏ ਯਾਰ, ਜੋ ਦੇ ਗਏ ਆਪਾਂ ਯਾਰ ਕਰਦੇ ਆ, ਹਰੇ ਬਾਹਰਲੇ ਭਰਾਵਾਂ ਨਾਲ ਗੱਲ ਕਰ ਲੈਨੇ ਆ, ਹੋਰ ਯਾਰ ਵਿਚਾਰੇ ਪਿੰਡ ਚ ਵੀ ਜੇ ਵੀ ਉਹਦੀ ਮਦਦ ਕਰੋ ਯਾਰ। ਹੋਰ ਤੰਗੀ ਕਰਕੇ ਬਈ ਖੇਡਦਾ ਨਹੀਂ ਵਿਚਾਰਾ ਉਹ, ਬਹੁਤ ਪਲੇਅਰ ਆ ਲੱਖੇ ਜਿਹੜੇ ਜਿਹੜੇ ਮਜਬੂਰੀਆਂ ਕਰਕੇ ਦੂਰ ਹੋ ਗਏ ਗੇਮ ਤੋਂ ਯਾਰ। ਮਜਬੂਰੀਆਂ ਕਰਕੇ ਬਈ ਇਹੀ ਕੰਮ ਉਹਦਾ ਹੋਇਆ ਪਿਆ, ਫੁੱਡੀਆਂ ਭਰਦਾ ਉਹ ਪੂਰੀ ਜਸ ਨਾਲ ਕਰਦੇ ਸਾਰਾ ਕੰਮ ਹਨਾ ਖੇਡਣ ਦਾ। ਹੁਣ ਆਪਾਂ ਯਾਰ ਉਦੋਂ ਬਿਨਾਂ ਅਧੂਰੇ ਆ ਬਈ, ਇਹ ਤਾਂ ਹੈ ਬਈ, ਗੇਮ ਊਂ ਵੀ ਅਧੂਰੇ ਆਪਾਂ, ਆਪਣੀ ਗੇਮ ਦਾ ਹੀ ਫਰਕ ਪਊ ਨਾ। ਇਹ ਤਾਂ ਹੈਗਾ ਫਰਕ ਬਹੁਤ ਪੈ ਜਾਂਦਾ, ਬੈਟਿੰਗ ਬਹੁਤ ਤਕੜੀ ਆ ਬਈ ਉਹ ਬੰਦੇ ਦੀ, ਚਲਾਊਗਾ ਤਾਂ ਹੈਗਾ ਉਹ, ਬੈਟ ਬੂਟ ਵੀ ਉਹਦੇ ਕੋਲ ਹੀ ਪਿਆ ਸਾਰੇ। ਹਾਂ ਉਹਦੇ ਕੋਲ ਹੀ ਪਿਆ ਬੈਟ ਬੂਟ ਵੀ, ਆਪਾਂ ਤਾਂ ਡੀਕ ਲਓ 5-4 ਮਿੰਟ। ਹਾਂ ਦੇਖ ਲਓ ਡੀਕਦੇ ਹੋਣਗੇ ਹਨਾ, ਖੜੇ ਹੋਣਗੇ, ਚੱਲ ਫਿਰ ਫੜਾਏ ਹੋਣੇ ਆ ਫਿਰ, ਹੋਰ ਤਾਂ ਕੀ ਹੱਲ ਆ ਯਾਰ। ਫੁੰਡੀ ਲੱਗਦਾ ਲੱਖੇ ਹਨਾ। ਹਾਂ ਓਏ ਉਹ ਤੁਰਿਆ ਹੁੰਦਾ ਬੰਦਲੇ, ਤੁਰਿਆ ਹੁੰਦਾ ਯਾਰ ਤਾਂ ਜਮਾ। ਹਾਂ ਅਜੇ ਤੋਂ ਗੱਲ ਕਰਦੇ ਆ, ਅਜੇ ਕਾਹਤੋਂ ਆਉਂਦਾ ਇਹ। ਹੋਰ ਬਾਈ ਕਿਵੇਂ ਗੁਰਵਿੰਦਰ, ਹੋਰ ਲੱਖੇ, ਹੋਰ ਗੁਰਵਿੰਦਰ ਬਾਈ? ਤੈਨੂੰ ਫੋਨ ਕਰੀ ਜਾਣਾ, ਫੋਨ ਤਾਂ ਚੱਕ ਲਾ ਬਾਈ ਯਾਰ। ਫੋਨ ਬਾਈ ਯਾਰ ਪਾਸੇ ਪਿਆ ਸੀ, ਮੈਂ ਘਰੇ ਕੰਮ ਕਰੀ ਜਾਂਦਾ। ਨਾ ਮੇਰਾ ਚੱਕਿਆ ਫੋਨ ਤਾਂ, ਘਰੇ ਕੰਮ ਕਰੀ ਜਾਂਦਾ। ਬੂਟ ਬਾਟ ਪਾ ਕੇ ਨਿਆ ਯਾਰ, ਪਰਨਾ ਜਾ ਕੇ ਬੰਨੀ ਫਿਰਦਾ ਬੂਟ ਯਾਰ। ਕਿੰਦਰਾ ਤੈਨੂੰ ਪਤਾ ਤਾਂ ਹੈ ਬਾਈ ਯਾਰ, ਮੈਂ ਤੁਹਾਨੂੰ ਦੱਸਿਆ ਸੀ ਨਾ ਕਿੱਟ ਪਾਈ ਹੈਗੀ ਕੀ। ਹਾਂ ਦੱਸਿਆ ਤਾਂ ਤੂੰ ਹੈਗਾ ਸੀ, ਪਰ ਟੂਰਨਾਮੈਂਟ ਤੇ ਵੀ ਜਾਣਾ ਸੀ ਯਾਰ, ਆਪਾਂ ਟੀਮ ਐਂਟਰ ਕਰਾਈ ਵੀ ਪੂਲ ਹੈਗਾ ਬਾਈ, ਮੈਂ ਜਾ ਨਹੀਂ ਸਕਦਾ ਤੁਹਾਡੇ ਨਾਲ। ਕਿਉਂ ਕੀ ਗੱਲ ਹੋ ਗਈ? ਉਹ ਯਾਰ ਘਰੇ ਬਾਈ ਯਾਰ, ਤੈਨੂੰ ਪਤਾ ਤਾਂ ਹੈ ਮਜਬੂਰੀਆਂ ਦਾ, ਮਜਬੂਰੀਆਂ ਹੈ ਯਾਰ ਕਿੰਦਰਾ ਬਾਈ ਯਾਰ। ਹੁਣ ਤੂੰ ਦੱਸ ਸਾਨੂੰ ਬਾਈ, ਖੁੱਲ ਕੇ ਦੱਸ ਹਨਾ ਵੀ ਤੇਰੀ ਮਦਦ ਕਰ ਸਕੀਏ। ਖੁੱਲ ਕੇ ਬਾਈ ਆਇਆ ਯਾਰ ਕਿੰਦਰ, ਯਾਰ ਮੇਰੀ ਜਾ ਨਹੀਂ ਸਕਦਾ ਤੁਹਾਡੇ ਨਾਲ, ਮੇਰੀ ਮਜਬੂਰੀ ਆ। ਸਾਨੂੰ ਵੀ ਇਹ ਚੀਜ਼ ਦੀ ਕਮੀ ਮਹਿਸੂਸ ਹੁੰਦੀ ਤੇਰੀ, ਸਾਨੂੰ ਵੀ ਘਾਟਾ ਪੈਂਦਾ ਤੇਰੀ ਗੇਮ ਵਧੀਆ ਯਾਰ ਹਨਾ, ਸਾਨੂੰ ਐਂ ਲੱਗਦਾ। ਹੁਣ ਬਾਈ ਆਇਆ ਯਾਰ, ਜੇ ਮੈਂ ਕੰਮ ਨਹੀਂ ਕਰਦਾ ਹਨਾ, ਫਿਰ ਘਰੇ ਰੋਟੀ ਦਾ ਔਖਾ ਹੋ ਜਾਂਦਾ। ਗੱਲ ਤਾਂ ਤੇਰੀ ਸਹੀ ਆ ਯਾਰ, ਮੈਂ ਹੀ ਆ ਕਮਾਉਣ ਵਾਲਾ, ਆਹ ਚੱਕਰ। ਸਾਨੂੰ ਦੱਸਦੇ ਵੀ ਅਸੀਂ ਤੇਰੀ ਕੀ ਮਦਦ ਕਰ ਸਕਦੇ ਆ, ਪਿੰਡ ਚ ਕਹਿ ਸਕਦੇ ਆ, ਬਾਹਰ ਇੰਨਾ ਰਾਈ ਭਰਾਵਾਂ ਨੂੰ ਕਹਿ ਸਕਦੇ, ਕਿੰਨਾ ਕੁ ਚਿਰ ਮਦਦ ਕਰੋਗੇ ਯਾਰ, ਜਿੰਨੇ ਕੁ ਜੋਗੇ ਹੈਗੇ ਉਦੋਂ ਤੇਰੇ ਨਾਲ ਖੜੇ ਆ ਬਈ ਹਨਾ। ਹੋਰ ਤਾਂ ਜਿੰਨਾ ਕੁ ਕਹਿ ਦਿਆਂਗੇ ਭਰਾਵਾਂ ਨੂੰ, ਪਿੰਡ ਚ ਕਹਿ ਦਿਆਂਗੇ, ਪਰ ਯਾਰ ਤੇਰੀ ਗੇਮ ਵਧੀਆ ਯਾਰ, ਸਾਨੂੰ ਵੀ ਸਹਾਰਾ ਹੋ ਜਾਂਦਾ, ਚੱਲ ਵਧੀਆ ਆਪਾਂ ਇਕੱਠੇ ਖੇਡੀ ਜਾਂਦੇ ਆ। ਆਏ ਆ ਕਿੰਦਰਾ ਬਾਈ, ਮੇਰਾ ਸਰਦਾ ਨੀ ਯਾਰ ਕੰਮ, ਜਿੱਦਾਂ ਗੱਲ ਅੱਜ ਜਾਂਦਾ ਨੀ ਫਿਰ ਤੂੰ ਹੁਣ। ਨਹੀਂ ਬਾਈ ਯਾਰ, ਆਹ ਜਿਹੜਾ ਮੈਂ ਪੈਸੇ ਜੋੜ ਕੇ ਲਿਆਂਦਾ ਬੈਠ ਜਾ ਰਿਹਾ, ਤੁਸੀਂ ਰੱਖ ਲਓ ਬਾਈ, ਮੈਂ ਜਾ ਨਹੀਂ ਸਕਦਾ ਬਾਈ ਯਾਰ। ਮੇਰਾ ਵੀ ਮਨ ਅੰਦਰੋਂ ਕਰਦਾ ਯਾਰ, ਪਰ ਮੇਰੀ ਮਜਬੂਰੀ ਆ ਕਰਦੀ ਯਾਰ। ਫਿਰ ਯਾਰ ਹੁਣ ਅਸੀਂ ਬੰਦੇ ਹੀ ਪਹਿਲਾਂ ਹੀ ਘਾਟਾਂ ਬੰਦੇ ਜੀ, ਕਿਵੇਂ ਕਰਾਂਗੇ ਯਾਰ ਹੁਣ ਬਾਈ ਯਾਰ? ਮੈਂ ਹੁਣ ਕੀ ਕਰ ਸਕਦਾ ਯਾਰ? ਮੈਂ ਤੈਨੂੰ ਐਂ ਕਹਿੰਦਾ ਸੀ ਐਂਟਰੀ ਮਾਸ ਤੇਰੀ ਅਸੀਂ ਭਰ ਦੇਵਾਂਗੇ ਅੱਜ ਫਿਰ। ਬਾਈ ਐਂਟਰੀ ਤੁਸੀਂ ਅੱਜ ਦਾ ਭਰ ਦੋਗੇ ਯਾਰ, ਕਿੰਨਾ ਕੁ ਚਿਰ ਭਰੀ ਜਾਓਗੇ? ਜਿੰਨਾ ਕੁ 700 ਹੋਇਆ ਉਨਾ ਕੁ ਕਰ ਸਕਦੇ ਹਾਂ ਵੀ ਐਂਟਰੀ ਭਰ ਦੇਵਾਂਗੇ, ਕਰਾ ਜਿਹੜਾ ਉਹ ਪੈਸੇ ਪਾਉਣੇ ਆ ਪਲੇਅਰਾਂ ਨੂੰ ਦੇਣ ਵਾਸਤੇ ਉਹ ਕਰ ਦੇਵਾਂਗੇ ਯਾਰ। ਬਾਈ ਮੈਂ ਨਾ ਕਿੰਦਰਾ ਤੁਹਾਨੂੰ ਸਹੀ ਗੱਲ ਦੱਸਾਂ ਯਾਰ, ਮੈਂ ਕੰਮ ਪੁੱਛਿਆ ਅੱਜ ਬਾਈ, ਮੇਰਾ ਅੱਜ ਪਹਿਲਾ ਦਿਨ ਮੈਂ ਕੰਮ ਤੇ ਜਾਣਾ ਯਾਰ। ਇਹ ਗੱਲ ਤਾਂ ਜੇ ਮੈਂ ਨਾ ਗਿਆ ਯਾਰ ਪਹਿਲੇ ਦਿਨ ਹੀ, ਫਿਰ ਅਗਲਾ ਉਹ ਕਰ ਦੂਗਾ। ਗੱਲ ਤੇਰੀ ਵੀ ਸਹੀ ਆ, ਅਗਲਾ ਕਹੂਗਾ ਯਾਰ ਅੱਜ ਕਹਿ ਕੇ ਪਹਿਲੇ ਦਿਨ ਹੀ ਹਨਾ ਬੰਦਾ। ਬਾਈ ਯਾਰ ਤੁਸੀਂ ਬੈਟ ਰੱਖ ਲਓ ਯਾਰ, ਜੇ ਮੇਰੇ ਘਰ ਦੇ ਹਾਲਾਤ ਸੈੱਟ ਹੋ ਗਏ ਆਪਾਂ ਖੇਡਾਂਗੇ ਬਾਈ, ਤਕੜੀ ਵਾਪਸੀ ਕਰਾਂਗੇ ਉਸ ਤੋਂ ਬਾਅਦ ਯਾਰ। ਤੇ ਤੁਸੀਂ ਮੇਰੀ ਐਂਟਰੀ ਭਰੋਗੇ ਯਾਰ, ਕੋਈ ਜਵਾਕ ਲੈ ਜਾਓ ਨਾਲ ਯਾਰ, ਉਹਦੀ ਐਂਟਰੀ ਭਰ ਦਿਓ ਯਾਰ। ਠੀਕ ਹੈ, ਹਾਂ ਕੋਈ ਚੱਕਰ ਨਹੀਂ ਯਾਰ, ਉਹ ਜੀ ਨਹੀਂ ਕਰਦਾ ਲੱਖੇ ਦੇ ਬਿਨਾ ਯਾਰ ਹਨਾ, ਤੇਰੇ ਬਿਨਾ ਜੀ ਨਹੀਂ ਬਾਈ। ਬਾਈ ਮੇਰਾ ਵੀ ਨਹੀਂ ਜਾਣ ਨੂੰ ਜੀ ਕਰਦਾ ਕੰਮ ਤੇ ਯਾਰ, ਸੁਰਤ ਤਾਂ ਮੇਰੀ ਉਧਰ ਹੀ ਰਹੂ ਯਾਰ ਤੁਹਾਡੇ ਜੀ। ਤੁਸੀਂ ਜਾਇਓ ਯਾਰ ਬਾਈ ਯਾਰ, ਠੀਕ ਹੈ, ਇੱਕ ਮਿੰਟ ਤੁਸੀਂ ਲਾਈਵ ਦੱਸ ਦਿਓ ਯਾਰ, ਅੱਧੇ ਚੱਲਦਾ ਉਹਨੂੰ ਫੋਨ ਕਰਕੇ ਦੱਸ ਦਿਆਂਗੇ। ਹਾਂ ਕੋਈ ਦੇਖ ਲਈ ਤੂੰ ਹਨਾ।
ਨਾ ਨਾ ਕੋਈ ਗੱਲ ਨੀ, ਕੋਈ ਨਾ ਬਾਈ ਜਿੱਥੇ ਵੀ ਕੋਈ ਲੋੜ ਹੋਈ ਤੁਹਾਨੂੰ ਦੱਸ ਦੀ ਆਪਾਂ ਤੇਰੇ ਨਾਲ ਆ ਜਾਂਗੇ। ਨਾ ਨਾ ਕੋਈ ਗੱਲ ਨੀ, ਕੋਈ ਚੱਕਰ ਨੀ ਯਾਰ, ਕਿੰਦਰਾ ਹਾਲਾਤ ਬਣਨਗੇ। ਮੈਨੂੰ ਪਤਾ ਯਾਰ ਤੂੰ ਕੱਲਾ ਨੀ, ਮਜਬੂਰੀਆਂ ਕਰਕੇ ਬਹੁਤ ਪਲੇਅਰ ਗਰਾਊਂਡਾਂ ਤੋਂ ਦੂਰ ਹੋ ਗਏ, ਗੇਮ ਛੱਡ ਗਏ, ਜਿਨ੍ਹਾਂ ਨੇ ਜਿਨ੍ਹਾਂ ਨੂੰ ਘਰ ਦੇ ਹਾਲਾਤਾਂ ਨੇ ਦੱਬਲਿਆ ਯਾਰ। ਚੱਲ ਕੋਈ ਨੀ ਬਾਈ, ਫਿਰ ਵੀ ਦੱਸੀ ਜੇ ਕੋਈ ਤੈਨੂੰ ਲੋੜ ਹੋਈ ਜਾਂਦਾ। ਨਹੀਂ ਨਹੀਂ ਕੋਈ ਚੱਕਰ ਨੀ ਯਾਰ, ਕੋਈ ਚੱਕਰ ਨੀ, ਆਪਾਂ ਖੇਡਾਂਗੇ ਬਾਈ ਯਾਰ, ਘਰ ਦੇ ਹਾਲਾਤ ਬਦਲਣਗੇ। ਠੀਕ ਹੈ, ਕੋਈ ਨਾ ਹੌਸਲਾ ਰੱਖੀ ਸੈਟ ਹੋ ਜਾਣਾ। ਨਾ ਨਾ ਕੋਈ ਗੱਲ ਨੀ ਬਾਈ, ਠੀਕ ਹੈ ਬਾਈ ਯਾਰ, ਤੁਸੀਂ ਖੇਡੋ ਤੱਕ। ਠੀਕ ਹੈ ਬਾਈ।